ਸਸ਼ਕਾਲ ਤੁਸੀਂ ਜੁੜੇ ਹੋਏ ਹੋ ਕੈਨੇਡੀਅਨ ਸੱਤ ਦੇ ਨਾਲ ਖਬਰਾਂ ਦਾ ਬੁਲੇਟਿਨ ਲੈ ਕੇ ਮੈਂ ਸ਼ੀਤਲ ਠਾਕੁਰ ਹਾਜ਼ਰ ਹੋ ਚੁੱਕੀ ਹਾਂ ਆਓ ਇੱਕ ਨਜ਼ਰ ਮਾਰ ਦਿਆਂ ਅੱਜ ਦੀਆਂ ਖਾਸ ਖਬਰਾਂ ਤੇ ਫਲੋਰੀਡਾ ਦੇ ਤੱਟੇ ਪਲਟ ਕਿਸ਼ਤੀ 39 ਲੋਕ ਕੋਈ ਲਾਪਤਾ 73ਵੇਂ ਗਣਤੰਤਰ ਦਿਹਾੜੇ ਮੌਕੇ ਅਮਰੀਕਾ ਨੇ ਭਾਰਤੀਆਂ ਨੂੰ ਦਿੱਤੀ ਵਧਾਈ ਅਮਰੀਕਾ ਨੇ ਭਾਰਤ ਦੇ ਵਿੱਚ ਕੋਵਿਡ ਮਾਮਲਿਆਂ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਦੇ ਲਈ ਜਾਰੀ ਕੀਤੀ ਟਰੈਵਲ ਐਡਵਾਈਸਰੀ ਕੈਨੇਡਾ ਦੇ ਵਿੱਚ ਮਾਂ ਖੇਡ ਕਬੱਡੀ ਦੇ ਰੁਤਬੇ ਨੂੰ ਹੋਰ ਉੱਚਾ ਕਰਨ ਦੇ ਲਈ ਨੈਸ਼ਨਲ ਕਬੱਡੀ ਫੈਡਰੇਸ਼ਨ ਆਫ 온ਟਾਰੀਓ ਦਾ ਹੋਇਆ ਗਠਨ ਸਨੋਵਰ ਢਿੱਲੋ ਨੇ ਕਿਹਾ। ਪ੍ਰੋਵਿੰਸ ਦੇ ਮਾਸਕ ਸੰਬੰਧੀ ਨਿਯਮਾਂ ਦੇ ਵਿੱਚ ਨੇੜੇਪ ਭਿਖ ਵਿੱਚ ਕੋਈ ਤਬਦੀਲੀ ਨਹੀਂ ਹੋਣ ਵਾਲੀ ਕਿਹਾ ਫੋਰਡ ਨੇ। ਜੰਤੰਤਰ ਦਿਵਸ ਦੇ ਵਿੱਚ ਸਵਾਲ ਮੈਮੋਰੀਅਲ ਦੇ ਵਿੱਚ ਪੀਐਮ ਮੋਦੀ ਨੇ ਦੇਸ਼ ਦੇ ਲਈ ਸ਼ਹੀਦ ਹੋਏ 26000 ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ। ਆਈਟਬੀਪੀ ਦੇ ਜਵਾਨਾਂ ਨੇ 15000 ਫੁੱਟ ਦੀ ਉਚਾਈ ਤੇ ਲਹਿਰਾਇਆ ਤਿਰੰਗਾ ਸ਼ਿਮਲਾ ਦੇ ਵਿੱਚ ਤਾਜ਼ਾ ਬਰਬਾਰੀ ਕਈ ਥਾਵਾਂ ਤੇ ਮੀ। ਪਾਰ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕਰੋਨਾ ਦੇ 2,85,914 ਮਾਮਲੇ ਆਏ ਸਾਹਮਣੇ ਲੰਮੀ ਦੀ ਮਲਿਕਾ ਗੁਰਮੀਤ ਬਾਵਾ ਨੂੰ ਮਰਨ ਉਪਰੰਤ ਪਦਮ ਪੂਸ਼ਣ 45 ਸੈਕਿੰਡ ਦਾ ਰਿਕਾਰਡ ਕਾਇਮ ਖੇਤੀਬਾੜੀ ਨੂੰ ਲਾਹੇਵੰਦ ਅੰਦਾ ਬਣਾ ਕੇ ਕੋਆਪਰੇਟਿਵ ਸੁਸਾਇਟੀਆਂ ਨੂੰ ਮੁੜ ਜਿਉਂਦਾ ਕੀਤਾ ਜਾਵੇਗਾ ਕਿਹਾ ਭਗਵੰਤ ਮਾਨ ਨੇ ਰਾਜਪਥ ਤੇ ਰਾਸ਼ਟਰਪਤੀ ਕੋਵਿੰਦ ਨੇ ਲਹਿਰਾਇਆ ਤਿਰੰਗਾ 21 ਤੋਫਾ ਦੀ ਸਲਾਮ ਇਹਦੇ ਨਾਲ ਪ੍ਰੇਡ ਹੋਈ ਸ਼ੁਰੂ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਫਲੋਰੀਡਾ ਸ਼ਹਿਰ ਦੇ ਤੱਟ ਤੇ ਇੱਕ ਕਿਸ਼ਤੀ ਪਲਟਣ ਦੇ ਕਾਰਨ ਉਸ ਦੇ ਵਿੱਚੋਂ 39 ਲੋਕ ਗੁੰਮ ਹੋ ਗਏ। ਅਮਰੀਕੀ ਕੋਸਟ ਗਾਰਡ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਸ਼ੱਕੀ ਮਨੁੱਖੀ ਤਸਕਰੀ ਦੇ ਅਦਾਰੇ ਦਾ ਜਾਪਦਾ ਹੈ। ਰਿਪੋਰਟ ਦੇ ਮੁਤਾਬਕ ਤੱਟ ਰਖਾਕਾਂ ਨੂੰ ਮੰਗਲਵਾਰ ਸਵੇਰੇ ਇਹ ਸੂਚਨਾ ਮਿਲੀ ਜਦੋਂ ਮਛੇਰਿਆਂ ਨੇ ਫੋਰਟ ਪੀਅਰਜ਼ ਸ਼ਹਿਰ ਤੋਂ 72 ਕਿਲੋਮੀਟਰ ਦੂਰ ਇੱਕ ਕਿਸ਼ਤੀ ਤੇ ਇੱਕ ਵਿਅਕਤੀ ਨੂੰ ਚਿਪਕੇ ਦੇਖਿਆ ਅਤੇ ਉਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਸੇ ਟ੍ਰੇਡ ਕੀਤਾ ਕਿ ਤੱਟ ਰੱਖਿਅਕ ਸੈਕਟਰ ਮੀਆਮੀ ਤੱਟ ਰੱਖਿਅਕ ਨੇ ਇੱਕ ਸਮ੍ਰਿਤ ਹੋ ਰਿਪੋਰਟ ਦਿੱਤੀ ਹੈ ਜਿਸ ਨੇ ਫੋਰਟ ਪੀਅਰਜ਼ ਇਨਟੇਕ ਤੋਂ ਲਗਭਗ 45 ਮੀਲ ਪੂਰਬ ਦੇ ਵਿੱਚ ਇੱਕ ਵਿਅਕਤੀ ਨੂੰ ਇੱਕ ਪਲਟੀ ਹੋਈ ਕਿਸ਼ਤੀ ਦੇ ਵਿੱਚ ਫਸਿਆ ਪਾਇਆ ਤੇ ਉਸ ਨੂੰ ਬਚਾਇਆ। ਉਸ ਵਿਅਕਤੀ ਨੇ ਕਿਹਾ ਕਿ ਕਿਸ਼ਤੀ 39 ਘੰਟਿਆਂ ਦੇ ਨਾਲ ਬਮੀਨੀ ਤੋਂ ਨਿਕਲੀ ਸੀ। ਸ਼ਨੀਵਾਰ ਰਾਤ ਨੂੰ ਉਹਨਾਂ ਨੂੰ ਬਹਾਮਾਸ ਦੇ ਵਿੱਚ ਖਰਾਬ ਮੌਸਮ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਉਹਨਾਂ ਦੀ ਕਿਸ਼ਤੀ ਪਲਟ ਗਈ। ਉਸ ਨੇ ਦੱਸਿਆ ਕਿ ਕਿਸ਼ਤੀ ਦੇ ਵਿੱਚ ਕਿਸੇ ਨੇ ਵੀ ਲਾਈਫ ਜੈਕਟ ਨਹੀਂ ਪਾਈ ਹੋਈ ਸੀ। ਕੋਸਟ ਗਾਰਡ ਨੇ ਕਿਹਾ ਕਿ ਇਹ ਮਨੁੱਖੀ ਤਸਕਰੀ ਦਾ ਮਾਮਲਾ ਲੱਗ ਰਿਹਾ ਹੈ। ਤਟ ਰੱਖਿਆ ਕਰਤੇ ਹੋ ਟੀਮਾਂ ਸਰ ਗਰਮੀ ਦੇ ਨਾਲ ਪਾਣੀ ਦੇ ਵਿੱਚ ਲੋਕਾਂ ਦੀ ਭਾਲ ਕਰ ਰਹੀਆਂ ਨੇ ਮਹੱਤਵਪੂਰਨ ਗੱਲ ਇਹ ਰਹੀ ਕਿ ਮਨੁੱਖੀ ਤਸਕਰਾਂ ਨੂੰ ਬਹਾਮਾਸ ਦੀ ਵਰਤੋਂ ਕਰਨ ਦੇ ਲਈ ਜਾਣਿਆ ਜਾਂਦਾ ਹੈ ਉਧਰ ਭਾਰਤ ਦੇ ਵਿੱਚ ਅੱਜ 73ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਦੇਸ਼ ਦੇ 73ਵੇਂ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਅਮਰੀਕਾ ਦੇ ਵਾਈਟਰ ਹਾਊਸ ਨੇ ਭਾਰਤ ਦੇ ਲੋਕਾਂ ਨੂੰ ਵਧਾਈ ਦਿੱਤੀ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਵਿਚਾਲੇ ਪਾਈਵਾਲੀ ਜਮਹੂਰੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦੀ ਸਾਂਝੀ ਜ਼ਿੰਮੇਵਾਰੀ ਦੇ ਨਾਲ ਜੁੜੀ ਹੋਈ ਹੈ ਵਾਈਟ ਹਾਊਸ ਦੀ ਪ੍ਰੈਸ ਕਟਰ ਜੈਨ ਸਾਕੀ ਨੇ ਆਪਣੀ ਰੋਜ਼ਾਨਾ ਨਿਊਜ਼ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਗਣਤੰਤਰ ਦਿਵਸ ਦੇ ਸਨਮਾਨ ਦੇ ਵਿੱਚ ਭਾਰਤ ਦੇ ਸਭ ਤੋਂ ਵੱਡੇ ਲੋਕਤੰਤਰਾਂ ਦੇ ਵਿੱਚ ਸ਼ਾਮਲ ਹੁੰਦੇ ਹਾਂ ਜੋ ਕਿ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੀ ਨਿਸ਼ਾਨਦੇਹੀ ਕਰਦਾ ਹੈ ਜੈਨ ਸਾਕੀ ਨੇ ਅੱਗੇ ਵੀ ਕਿਹਾ ਕਿ ਜਿਵੇਂ ਕਿ ਰਾਸ਼ਟਰਪਤੀ ਜੋ ਬਾਈਡਨ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਸਤੰਬਰ ਦੇ ਵਿੱਚ ਵਾਈਟ ਹਾਊਸ ਦਾ ਦੌਰਾ ਕੀਤਾ ਸੀ ਤਾਂ ਕਿਹਾ ਸੀ ਕਿ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੇ ਸਬੰਧ ਮਜ਼ਬੂਤ ਨਜ਼ਦੀਕੀ ਅਤੇ ਗੂੜੇ ਹੋਣ ਲਈ ਪਹਿਲਾਂ ਦੋਈਤੇ ਹਨ ਅਤੇ ਇਸ ਤੋਂ ਪੂਰੀ ਦੁਨੀਆ ਨੂੰ ਫਾਇਦਾ ਹੋ ਸਕਦਾ ਹੈ ਸਾਕਿਨ ਇੱਕ ਸਵਾਲ ਦੇ ਜਵਾਬ ਦੇ ਵਿੱਚ ਇਹ ਵੀ ਕਿਹਾ ਕਿ ਸਾਡੀ ਸਾਂਝੇਦਾਰੀ ਦੀ ਜੜ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦੇ ਲਈ ਸਾਡੀ ਸਾਂਝੀ ਜ਼ਿੰਮੇਵਾਰੀ ਵਿੱਚ ਸ਼ਾਮਲ ਹੈ। ਇੱਕ ਟਵੀਟ ਦੇ ਵਿੱਚ ਕਾਂਗਰਸਮੈਨ ਐਰਿਕਸ ਲੇਲਵੈਲ ਨੇ ਭਾਰਤੀ ਅਮਰੀਕਾ ਨੂੰ ਭਾਰਤ ਦੇ 73ਵੇਂ ਗਣਤੰਤਰ ਦਿਵਸ ਦੀ ਵਧਾਈ ਵੀ ਦਿੱਤੀ। ਉਹਨਾਂ ਨੇ ਕਿਹਾ ਕਿ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਨੇ ਅਤੇ ਸਾਡੀ ਸਾਂਝੀ ਪਾਈਵਾਲੀ ਲੋਕਤੰਤਰ ਦੇ ਵਿੱਚ ਵਿਸ਼ਵਾਸ, ਕਾਨੂੰਨ ਦੇ ਰਾਜ, ਮਨੁੱਖਤਾ ਦਾਣ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਸਾਡੇ ਆਪਣੇ ਦੇਸ਼ਾਂ ਦੇ ਵਿੱਚ ਹੀ ਨਹੀਂ ਸਗੋ ਦੁਨੀਆ ਭਰ ਦੇ ਵਿੱਚ ਮਨੁੱਖੀ ਮੌਨ ਕੀਤਾ ਚਾਵੇ ਇਹ ਲੋਕਤੰਤਰੀ ਕਦਰਾਂ ਕੀਮਤਾਂ ਹਨ ਜੋ ਸਾਡੀ ਸਾਂਝੇਦਾਰੀ ਨੂੰ ਖਾਸ ਬਣਾਉਂਦੀਆਂ ਨੇ 73ਵੇਂ ਗਣਤੰਤਰ ਦਿਵਸ ਮਨਾਉਣ ਦੇ ਲਈ ਭਾਰਤੀ ਅਮਰੀਕਾ ਨੇ ਪੂਰੀ ਅਮਰੀਕਾ ਦੇ ਵਿੱਚ ਵਿਸ਼ੇਸ਼ ਤਿਆਰੀਆਂ ਕੀਤੀਆਂ ਕੋਵਿਡ-19 ਦੀਆਂ پابੰਦੀਆਂ ਦੇ ਕਾਰਨ ਇੱਥੇ ਭਾਰਤੀ ਦੂਤਘਰ ਰਾਜ ਇਸ ਮੌਕੇ ਭਾਰਤੀ ਰਾਜਦੂਤ ਰنجਜੀਤ ਸਿੰਘ ਸੰਧੂ ਦੇ ਨਾਲ ਲੋਕਾਂ ਦੇ ਇੱਕ ਛੋਟੇ ਸਮੂਹ ਦੀ ਮੌਜੂਦਗੀ ਦੇ ਵਿੱਚ ਰਾਸ਼ਟਰੀ ਝੰਡਾ ਲਹਿਰਾਉਣਗੇ ਉਧਰ ਪਾਰਾ ਦੇ ਵਿੱਚ ਕੋਵਿਡ-19 ਦੇ ਵੱਧ ਦੇ ਮਾਮਲਿਆਂ ਦੇ ਮੱਦੇਨਜ਼ਰ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਉੱਥੇ ਦੀ ਕਿਸੇ ਵੀ ਤਰ੍ਹਾਂ ਦੀ ਯਾਤਰਾ ਦਿਵਾਲੇ ਮੂੜ ਵਿਚਾਰ ਕਰਨ ਦੀ ਸਲਾਹ ਦਿੱਤੀ ਹੈ ਅਮਰੀਕੀ ਵਿਦੇਸ਼ ਵਿਭਾਗ ਦੇ ਵੱਲੋਂ ਮੰਗਲਵਾਰ ਨੂੰ ਜਾਰੀ ਇੱਕ ਯਾਤਰਾ ਸਲਾਹ ਦੇ ਵਿੱਚ ਲੋਕਾਂ ਨੂੰ ਪਾਰਾ ਦੇ ਵਿੱਚ ਅਪਰਾਧ ਅਤੇ ਅਤਵਾਦ ਦੇ ਮੱਦੇ ਨਜ਼ਰ ਵਧੇਰੇ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਵੱਲੋਂ ਕੋਵਿਡ-19 ਦੇ ਮੱਦੇ ਨਜ਼ਰ ਪਾਰਾ ਦੇ ਲਈ ਯਾਤਰਾ ਸਿਹਤ ਸੰਬੰਧੀ ਇੱਕ ਅਧਰਧਾਰ ਨੋਟਿਸ ਜਾਰੀ ਕਰਨ ਤੋਂ ਬਾਅਦ ਨਵੀਂ ਸਲਾਹ ਜਾਰੀ ਕੀਤੀ ਗਈ। ਵਿਦੇਸ਼ ਵਿਭਾਗ ਨੇ ਕਿਹਾ ਕਿ ਜੇਕਰ ਤੁਸੀਂ ਐਫ ਡੀਏ ਦੇ ਵੱਲੋਂ ਪ੍ਰਵਾਨਿਤ ਟੀਕੇ ਦੇ ਨਾਲ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਹੋ ਤਾਂ ਕੋਵਿਡ-19 ਦੇ ਨਾਲ ਸੰਕਰਮਿਤ ਹੋਣ ਅਤੇ ਗੰਭੀਰ ਲੱਛਣਾਂ ਦੇ ਵਿਕਾਸ ਹੋਣ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਕਿਰਪਾ ਟੀਕਾਕਰਨ ਅਤੇ ਬਿਨਾ ਟੀਕਾਕਰਨ ਵਾਲੇ ਯਾਤਰੀਆਂ ਦੇ ਲਈ ਸੀਡੀਸੀ ਦੀਆਂ ਖਾਸ ਸਿਫਾਰਸ਼ਾਂ ਤੇ ਵਿਚਾਰ ਕਰੋ ਉਦਰ ਦੇਸ਼ ਦੁਨੀਆ ਦੇ ਵਿੱਚ ਪੰਜਾਬ ਅਤੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਖਿਡਾਰੀਆਂ ਅਤੇ ਕਬੱਡੀ ਪ੍ਰੇਮੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਮਿਤੀ 23 ਜਨਵਰੀ 2022 ਦੇ ਦਿਨ ਐਤਵਾਰ ਨੂੰ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਦੇ ਵਿੱਚ ਪੰਜ ਵੱਡੇ ਖੇਡ ਅਤੇ ਸੱਭਿਆਚਾਰਕ کلبਾਂ ਦੇ ਵੱਲੋਂ ਮਿਲ ਕੇ ਨੈਸ਼ਨਲ ਕਬੱਡੀ ਫੈਡਰੇਸ਼ਨ ਆਫ 온ਟਾਰੀਓ ਦਾ ਗਠਨ ਕੀਤਾ ਗਿਆ ਅਤੇ ਸਰਬਸੰਮਤੀ ਦੇ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ ਫੈਡਰੇਸ਼ਨ ਦੇ ਵੱਲੋਂ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਵੀ ਲਏ ਗਏ ਅਤੇ ਖੇਡ ਕਬੱਡੀ ਨੂੰ ਹੋਰ ਪ੍ਰਮੋਟ ਕਰਨ ਦੇ ਲਈ ਵਚਨਬੱਧ ਕੀਤਾ ਗਿਆ। ਨੈਸ਼ਨਲ ਕਬੱਡੀ ਫੈਡਰੇਸ਼ਨ ਆਫ 온ਟਾਰੀਓ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਸਾਰੇ ਕਬੱਡੀ ਖਿਡਾਰੀਆਂ ਨੂੰ ਜਲਦੀ ਤੋਂ ਜਲਦੀ ਸੁਨੇਹੇ ਲਗਾ ਦਿੱਤੇ ਜਾਣਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਬੱਡੀ ਟੂਰਨਾਮੈਂਟ ਸ਼ੁਰੂ ਕਰ ਦਿੱਤੇ ਜਾਣਗੇ। ਨੈਸ਼ਨਲ ਕਬੱਡੀ ਫੈਡਰੇਸ਼ਨ ਆਫ 온ਟਾਰੀਓ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਸਾਰੇ ਟੂਰਨਾਮੈਂਟ ਅਧੀਨ ਟੈਸਟ ਕਰਵਾ ਕੇ ਹੋਣਗੇ ਤਾਂ ਜੋ ਮਾਂ ਖੇਡ ਕਬੱਡੀ ਸਾਫ਼ ਸੁਥਰੇ ਢੰਗ ਦੇ ਨਾਲ ਹੋ ਸਕੇ ਅਤੇ ਕਿਸੇ ਤਰ੍ਹਾਂ ਦੀ ਵੀ ਧੁੰਦਲੀ ਨਾ ਹੋ ਸਕੇ ਐਨ ਕੇਫੋਰ ਦੇ ਵੱਲੋਂ ਸਾਰੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਆਓ ਸਾਰੇ ਰਲ ਮਿਲ ਕੇ ਮਾਂ ਖੇਡ ਕਬੱਡੀ ਦੇ ਰੁਤਬੇ ਨੂੰ ਹੋਰ ਬੁਲੰਦ ਕਰੀਏ ਅਤੇ ਇਸ ਦੀ ਬਿਹਤਰੀ ਦੇ ਲਈ ਕੰਮ ਕਰੀਏ ਪੰਜਾਬ ਅਤੇ ਪੰਜਾਬੀਆਂ ਦੇ ਰੋਮ-ਰੋਮ ਦੇ ਵਿੱਚ ਮਾਂ ਖੇਡ ਕਬੱਡੀ ਵਸਦੀ ਹੈ ਕੈਨੇਡਾ ਵਰਗੇ ਦੇਸ਼ ਦੇ ਵਿੱਚ ਵੀ ਵੱਡੇ ਪੱਧਰ ਤੇ ਉਤੇ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਰਹਿੰਦੇ ਨੇ ਅਤੇ ਇਹ ਉਪਰਾਲਾ ਉਹਨਾਂ ਸਾਰਿਆਂ ਦੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇਗਾ ਆਓ ਸਾਰੇ ਨਾਲ ਮਿਲ ਕੇ ਇਸ ਉਪਰਾਲੇ ਦਾ ਸਮਰਥਨ ਕਰੀਏ ਅਤੇ ਸਾਡੀ ਮਾਂ ਖੇਡ ਕਬੱਡੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੇ ਲਈ ਇੱਕਜੁੱਟ ਹੋਈਏ ਉਦੋਂ অন্ਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਵੀ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਪ੍ਰੋਵਿੰਸ ਦੇ ਮਾਸਕ ਸੰਬੰਧੀ ਨਿਯਮਾਂ ਦੇ ਵਿੱਚ ਨੇੜੇ ਭਵਿੱਖ ਦੇ ਵਿੱਚ ਕੋਈ ਤਬਦੀਲੀ ਹੋਣ ਵਾਲੀ ਹੈ ਇੱਕ ਇੰਟਰਵਿਊ ਦੇ ਦੌਰਾਨ ਜਦੋਂ ਫੋਰਡ ਤੋਂ ਜਲਦ ਹੀ ਕੋਵਿਡ-19 ਪਾਬੰਦੀਆਂ ਦੇ ਵਿੱਚ ਢਿੱਲ ਦੇਣ ਦੇ ਬਾਰੇ ਉਹਨਾਂ ਦੇ ਦਿੱਤੇ ਬਿਆਨ ਸਬੰਧੀ ਪੁੱਛਿਆ ਗਿਆ ਤਾਂ ਉਹਨਾਂ ਨੇ ਆਖਿਆ ਕਿ ਉਹ ਇਸ ਤਰ੍ਹਾਂ ਕਾਰੋਬਾਰਾਂ ਨੂੰ ਬੰਦ ਕਰਨ ਦੇ ਹੱਕ ਵਿੱਚ ਨਹੀਂ ਹਨ ਅਤੇ ਉਹ ਨਾਰਮਲ ਹਾਲਾਤ ਦੇ ਵੱਲ ਮੁੜਨਾ ਚਾਹੁੰਦੇ ਨੇ ਉਹਨਾਂ ਨੇ ਆਖਿਆ ਕਿ ਉਹ ਇਹ ਸਾਰਾ ਕੁਝ ਸਹੀ ਢੰਗ ਦੇ ਨਾਲ ਸਾਵਧਾਨੀ ਦੇ ਨਾਲ ਕਰਨਾ ਚਾਹੁੰਦੇ ਨੇ ਇਸ ਲਈ ਹਰ ਇੱਕ ਰੀਓਪਨਿੰਗ ਫੇਜ਼ ਦਰਮਿਆਨ ਘੱਟੋ- ਆਪਿਕਾ ਇਹ ਪੁੱਛੇ ਜਾਣ ਦੇ ਉੱਤੇ ਕਿ 마스크 ਸੰਬੰਧੀ ਨਿਯਮਾਂ ਦੇ ਵਿੱਚ ਕੋਈ ਢਿੱਲ ਦਿੱਤੀ ਜਾਵੇਗੀ ਤਾਂ ਫੋਰਡ ਨੇ ਆਖਿਆ ਕਿ ਹਾਲ ਦੀ ਘੜੀਆਂ ਅਚਾਹ ਕਰਨ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਹੈ। ਉਹਨਾਂ ਨੇ ਆਖਿਆ ਕਿ 마스크 ਸੱਚਮੁੱਚ ਲੋਕਾਂ ਦੀ ਹਿਫਾਜ਼ਤ ਕਰਦੇ ਨੇ ਪਰ ਫਿਰ ਭਾਵੇਂ ਇਸ ਨਿਯਮ ਨੂੰ ਹਮੇਸ਼ਾ ਦੇ ਲਈ ਹੀ ਕਿਉਂ ਨਾ ਰੱਖਿਆ ਜਾ ਸਕਦਾ। ਇੱਥੇ ਦੱਸਣਾ ਇਹ ਵੀ ਬਣਦਾ ਹੈ ਕਿ ਰੈਸਟੋਰੈਂਟ ਜਿਵੇਂ ਤੇ ਸਿਨੇਮਾ ਕੱਤੀ ਜਨਵਰੀ ਤੱਕ ਖੁੱਲਣ ਜਾ ਰਹੇ ਨੇ ਫੋਰਡ ਮਾਰਚ ਦੇ ਮੱਧ ਤੱਕ ਚਾਹੇ ਸਾਰੇ ਕਾਰੋਬਾਰਾਂ ਤੋਂ ਪਾਬੰਦੀਆਂ ਹਟਾਉਣ ਦਾ ਇਰਾਦਾ ਰੱਖ ਰਹੇ ਨੇ। ਉਦਰ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਯੂਕਰੇਨ ਦੇ ਗੈਰ ਜ਼ਰੂਰੀ ਦੌਰਿਆਂ ਦੀਆਂ ਯੋਜਨਾਵਾਂ ਨੂੰ ਰੱਦ ਕਰਨ ਕਿਉਂਕਿ ਰੂਸ ਯੂਕਰੇਨ ਦੀ ਸਰਹੱਦ ਦੇ ਦੋਵੇਂ ਪਾਸੇ ਤਣਾਅ ਵਧ ਰਿਹਾ ਹੈ ਅਤੇ ਫੌਜੀਆਂ ਦੀ ਗਿਣਤੀ ਦੇ ਵਿੱਚ ਵੀ ਵਧ ਰਹੀ ਹੈ ਤੇਜ ਦੇ ਵਿਦੇਸ਼ ਮੰਚਾਲੇ ਦੀ ਇੱਕ ਸਲਾਹ ਦੇ ਮਤਬਕ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਮੰਤਰਾਲੇ ਨੇ ਕਿਹਾ ਕਿ ਰੂਸੀ ਖਤਰਿਆਂ ਦੇ ਦੇਸ਼ ਦੇ ਵਿੱਚ ਇਸ ਦੇ ਆਲੇ ਦੁਆਲੇ ਫੌਜੀ ਨਿਰਮਾਣ ਕਾਰਨ ਯੂਕਰੇਨ ਦੀ ਗੈਰ ਜ਼ਰੂਰੀ ਯਾਤਰਾ ਤੋਂ ਬਚੋ ਮੰਤ੍ਰਾਲੇ ਨੇ ਅੱਗੇ ਕਿਹਾ ਕਿ ਜੇਕਰ ਤੁਸੀਂ ਯੂਕਰੇਨ ਦੇ ਵਿੱਚ ਹੋ ਤਾਂ ਤੁਹਾਨੂੰ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਤੁਹਾਡੀ ਮੌਜੂਦਗੀ ਜ਼ਰੂਰੀ ਹੈ। ਇਹ ਕਦਮ ਸੰਯੁਕਤ ਰਾਜ, ਆਸਟ੍ਰੇਲੀਆ ਅਤੇ ਯੂਨਾਈਟਿਡ ਕਿੰਗਡਮ ਦੀ ਤਰ੍ਹਾਂ ਉਸੇ ਤਰ੍ਹਾਂ ਦਾ ਹੈ ਜਿਸ ਦੇ ਸੌਵਾਨ ਨੂੰ ਕੁਝ ਕੂਟਨੀਤਕ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੀਵ ਤੋਂ ਜਾਣ ਦਾ ਅਧਿਕਾਰ ਦਿੱਤਾ ਸੀ। ਦੂਜੇ ਦੇਸ਼ਾਂ ਨੇ ਸਥਿਤੀ ਵਿਗੜਨ ਤੇ ਇਸ ਦਾ ਪਾਲਣ ਕਰਨ ਦੀ ਤਿਆਰੀ ਜ਼ਾਹਰ ਕੀਤੀ ਅਤੇ ਆਪਣੇ ਨਾਗਰਿਕਾਂ ਨੂੰ ਆਵਾਜਾਈ ਤੇ ਵਪਾਰਕ ਸਾਧਨਾਂ ਦੇ ਦੁਆਰਾ ਯੂਕਰੇਨ ਛੱਡਣ ਦੀ ਸਲਾਹ ਦਿੱਤੀ। ਮਾਸਕੋ ਨੇ ਲਗਾਤਾਰ ਯੂਕਰੇਨ ਤੇ ਹਮਲਾ ਕਰਨ ਦੀ ਯੋਜਨਾ ਦੇ ਬਾਰੇ ਦਾਅਵਿਆਂ ਤੋਂ ਇਨਕਾਰ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਰੂਸੀ ਸਰਹੱਦਾ ਦੇ ਨੇੜੇ ਨਾਟੋ ਦੀ ਫੌਜੀ ਗਤੀਵਿਧੀ ਨੂੰ ਆਪਣੀ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਮੰਨਦਾ ਹੈ। ਪਿਛਲੇ ਮਹੀਨੇ ਰੂਸ ਨੇ ਅਮਰੀਕਾ ਤੇ ਨਾਟੋ ਨੂੰ ਯੂਰਪ ਦੇ ਵਿੱਚ ਸੁਰੱਖਿਆ ਗਾਰੰਟੀ ਦੇ ਪ੍ਰਸਤਾਵ ਪੇਸ਼ ਕੀਤੇ ਨੇ ਜਿਸ ਤੇ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ। ਉਧਰ ਭਾਰਤ ਦੇ ਵਿੱਚ ਅੱਜ 73ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਇਸ ਤਹਿਤ ਦੇਸ਼ ਭਾਰਤ ਦੇ ਵਿੱਚ ਆਜ਼ਾਦੀ ਮਹਾਉਤਸਵ ਮਨਾਇਆ ਜਾ ਰਿਹਾ ਹੈ। 1950 ਨੂੰ ਅੱਜ ਦੇ ਦਿਨ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਪਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈਸ਼ਨਲ ਵਾਰ ਮੈਮੋਰੀਅਲ ਪਹੁੰਚੇ ਇੱਥੇ ਪੀਐਮ ਮੋਦੀ ਨੇ ਦੇਸ਼ ਦੇ ਲਈ ਵੱਖ-ਵੱਖ ਜੰਗਾਂ ਤੇ ਆਪਰੇਸ਼ਨਾਂ ਦੇ ਵਿੱਚ ਸ਼ਹੀਦ ਹੋਏ ਕਰੀਬ 26000 ਜਵਾਨਾਂ ਨੂੰ ਸ਼ਰਤਾਂਝ ਦਿੱਤੀ। ਇਸ ਤੋਂ ਬਾਅਦ ਪੀਐਮ ਮੋਦੀ ਨੇ ਵਿਜ਼ਟਰ ਬੁੱਕ ਦੇ ਵਿੱਚ ਸਾਈਨ ਕੀਤਾ। ਇੱਥੋਂ ਪੀਐਮ ਮੋਦੀ ਰਾਸ਼ਪਥਤ ਗਏ। ਇਸ ਨਾਲ ਹੀ ਗੰਧੰਤਰ ਦਿਵਸ ਦੀ ਪ੍ਰੇਰਿਤ ਦੀ ਅਧਿਕਾਰਤ ਸ਼ੁਰੂਆਤ ਵੀ ਹੋਈ। ਅੱਜ 26 ਜਨਵਰੀ ਹੈ। ਦੇਸ਼ ਅੱਜ ਆਪਣਾ 73ਵਾਂ ਗੰਧੰਤਰ ਦਿਵਸ ਮਨਾ ਰਿਹਾ ਹੈ। ਪਹਾੜਾਂ ਤੋਂ ਲੈ ਕੇ ਮੈਦਾਨਾਂ ਤੱਕ ਦੇਸ਼ ਵਾਸੀਆਂ ਦਾ ਜੋਸ਼ ਨਜ਼ਰ ਆ ਰਿਹਾ ਹੈ। ਇਸ ਮੌਕੇ ਦਿੱਲੀ ਦੇ ਰਾਸ਼ਪਥਤੇ ਖਾਸ ਕੋਵਿਡ ਪ੍ਰੋਟੋਕੋਲ ਦਾ ਧਿਆਨ ਰੱਖਦਿਆਂ ਹੋਇਆਂ ਅੱਜ ਤੇ ਭਾਰਤ ਦੀ ਆਨ-ਬਾਨ ਅਤੇ ਸ਼ਾਨ ਦੇ ਝਲਕ ਦਿਸ ਰਹੀ ਹੈ। ਉਦਰ ਪੂਰਾ ਦੇਸ਼ ਅੱਜ ਯਾਨੀ ਕਿ ਬੁੱਧਵਾਰ ਦੇ ਦਿਨ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਇਸ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਭਾਰਤੀ ਫੌਜ ਦੇ ਜਵਾਨਾਂ ਤੇ ਸਾਹਸ ਅਤੇ ਉਹਨਾਂ ਦੇ ਵੱਲੋਂ ਗਣਤੰਤਰ ਦਿਵਸ ਮਨਾਉਣ ਦੇ ਵੀਡੀਓ ਸਾਹਮਣੇ ਆ ਰਹੇ ਨੇ। ਇਸ ਦੇ ਵਿੱਚ ਲਦਾਖ ਦੇ ਵਿੱਚ ਭਾਰਤ ਤਿੱਬਤ ਸਰਹਦੀ ਪੁਲਿਸ ਦੇ ਜਵਾਨਾਂ ਨੇ 15000 ਫੁੱਟ ਦੀ ਉਚਾਈ ਤੇ ਭਾਰਤ ਦਾ 73ਵਾਂ ਗਣਤੰਤਰ ਦਿਵਸ ਮਨਾਇਆ। ਲਦਾਖ ਦੇ ਵਿੱਚ ਆਈਟੀਬੀਪੀ ਦੇ ਜਵਾਨਾਂ ਨੇ 15000 ਫੁੱਟ ਦੀ ਉਚਾਈ ਤੇ -35 ਡਿਗਰੀ ਸੈਲਸੀਅਸ ਤਾਪਮਾਨ ਦੇ ਵਿੱਚ ਭਾਰਤ ਦਾ 73ਵਾਂ ਗਣਤੰਤਰ ਦਿਵਸ ਮਨਾਇਆ ਤੁਜੇ ਪਾਸੇ ਉੱਤਰਾਖੰਡ ਦੇ ਕੁਮਾਉ ਖੇਤਰ ਦੇ ਵਿੱਚ ਵੀ ਆਈਟੀਬੀਪੀ ਦੇ ਜਵਾਨਾਂ ਨੇ 12000 ਫੁੱਟ ਦੀ ਉਚਾਈ ਤੇ ਗਣਤੰਤਰ ਦਿਵਸ ਦਾ ਜਸ਼ਨ ਮਨਾਇਆ ਤੇ ਤਿਰੰਗਾ ਲਹਿਰਾਇਆ ਉਧਰ ਹਿਮਾਚਲ ਦੇ ਵਿੱਚ ਬਰਫਬਾਰੀ ਦੇ ਕਾਰਨ ਤੀਸਰੇ ਦਿਨ ਵੀ ਪਰੇਸ਼ਾਨੀਆਂ ਘਟ ਨਹੀਂ ਹੋਈਆਂ। ਜ਼ਿਲ੍ਹਾ ਸ਼ਿਮਲਾ ਦੇ ਵਿੱਚ ਮੰਗਲਵਾਰ ਨੂੰ ਲਗਾਤਾਰ ਤੀਸਰੇ ਦਿਨ ਵੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਸਵੇਰ ਦੇ ਸਮੇਂ ਸ਼ਿਮਲਾ ਦੇ ਵਿੱਚ ਧੁੱਪ ਖਿੜ ਗਈ ਹੈ ਪਰ ਦੁਪਹਿਰ ਬਾਅਦ ਮੌਸਮ ਨੇ ਫਿਰ ਕਰਵਟ ਬਦਲੀ। ਲਗਭਗ 2 ਵਜੇ ਤੋਂ ਬਾਅਦ ਸ਼ਿਮਲਾ ਦੇ ਵਿੱਚ ਫਿਰ ਤਾਜ਼ਾ ਬਰਫਬਾਰੀ ਹੋ ਰਹੀ ਹੈ। ਰਾਸ਼ਟਾਨੀ ਸ਼ਿਮਲਾ ਤੋਂ ਇਲਾਵਾ ਸੂਬੇ ਦੇ ਹੋਰ ਖੇਤਰਾਂ ਦੇ ਵਿੱਚ ਵੀ ਬਰਫਬਾਰੀ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਸੂਬੇ ਦੇ ਮੱਧ ਅਤੇ ਉਚਾਈ ਵਾਲੇ ਖੇਤਰਾਂ ਜੋ ਮੌਸਮ ਸਾਫ਼ ਬਣਿਆ ਹੋਇਆ ਉਧਰ BRO ਨੇ ਆਪਣੇ ਸੜਕੀ ਰਸਤੇ ਨੂੰ ਬਹਾਲ ਕਰਦਿਆਂ ਹੋਇਆਂ دیر ਰਾਤ ਲਾਹੌਲ ਨੂੰ ਮਨਾਲੀ ਨਾਲ ਛੋੜ ਦਿੱਤਾ ਮਨਾਲੀ ਕੈਲੰਗ ਦੇ ਵਿਚਾਲੇ ਵਾਹਨਾ ਦੇ ਲਈ ਇੱਕ ਤਰਫਾ ਸੜਕ ਬਹਾਲ ਹੋ ਗਈ ਹੈ BRO ਦੀ 70 RCC ਨੇ ਸੋਲੰਗ ਨਾਲਾ ਤੋਂ ਤੁੰਦੀ ਅਟਲ ਨਟਲ ਦੇ ਨਾਲ ਸਿਸੂ ਅਤੇ ਕੈਲੰਗ ਤੋਂ ਸਿਸੂ ਤੱਕ تین ਥਾਵਾਂ ਤੋਂ ਸੜਕੀ ਰਸਤੇ ਦੀ ਬਹਾਲੀ ਸ਼ੁਰੂ ਕੀਤੀ ਭਾਰੀ ਬਰਫਬਾਰੀ ਤੋਂ ਬਾਅਦ ਲਾਹੌਲ ਦੇ ਵਿੱਚ ਬਰਫ ਦੇ ਤੋਦੇ ਡਿਗਨ ਦਾ ਵੀ ਖਤਰਾ ਫਤ ਗਿਆ ਉਦਰਪੜਾ ਦੇ ਵਿੱਚ ਕਰੋਨਾ ਦੇ ਮਾਮਲੇ ਵਧਦੇ ਜਾ ਰਹੇ ਨੇ ਪਿਛਲੇ 24 ਘੰਟਿਆਂ ਦੇ ਵਿੱਚ 285914 ਨਵੇਂ ਮਾਮਲੇ ਦਰਜ ਕੀਤੇ ਗਏ ਇਸ ਨਾਲ ਹੀ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 163.58 ਕਰੋੜ ਟੀਕੇ ਦੀਆਂ ਖੁਰਾਕਾ ਦਿੱਤੀਆਂ ਜਾ ਚੁੱਕੀਆਂ ਨੇ ਤੇਸ ਦੇ ਵਿੱਚ ਇਸ ਸਮੇਂ ਐਕਟਿਵ ਕੇਸ 2223118 ਅਤੇ ਇਸ ਅਮਰੀਕਾ ਵਰੀ ਦਰ 93.23% ਦੀ ਹੈ ਪਿਛਲੇ 24 ਘੰਟਿਆਂ ਦੇ ਵਿੱਚ 299173 ਲੋਕ ਠੀਕ ਹੋ ਚੁੱਕੇ ਨੇ ਹੁਣ ਤੱਕ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 3 ਕਰੋੜ 73 ਲੱਖ 70 ਹਜ਼ਾਰ 971 ਹੋ ਗਈ ਹੈ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਇਸ ਬਿਮਾਰੀ ਦੇ ਕਾਰਨ 7 ਲੋਕਾਂ ਦੀ ਮੌਤ ਹੋਈ ਸੂਬੇ ਦੇ ਵਿੱਚ ਹੁਣ ਤੱਕ ਇਸ ਬਿਮਾਰੀ ਦੇ ਕਾਰਨ ਕੁੱਲ 10583 ਲੋਕ ਆਪਣੀ ਜਾਨ ਵੀ ਗਵਾ ਚੁੱਕੇ ਨੇ ਉਧਰ ਪੂਰਬੀ ਦਿੱਲੀ ਤੋਂ ਲੋਕ ਸਭਾ ਮੈਂਬਰ ਗੋਤਮ ਗਬੀਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕਰੋਨਾ ਵਾਇਰਸ ਨਾਲ ਸੰਕਰਮਿਤ ਹਨ ਅਤੇ ਆਮ ਮੂਲੀ ਲੱਛਣਾ ਤੋਂ ਪੀੜਿਤ ਨੇ ਛੱਤੀਸਗੜ੍ਹ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 4914 ਲੋਕਾਂ ਨੇ ਕਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਹੈ ਇਸ ਦੇ ਨਾਲ ਹੀ ਮੰਗਲਵਾਰ ਤੱਕ ਰਾਜ ਦੇ ਵਿੱਚ ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਦੀ ਕੁੱਲ ਗਿਣਤੀ 11,5132 ਹੋ ਚੁੱਕੀ ਹੈ ਇਨਫੈਕਸ਼ਨ ਮੁਕਤ ਹੋਣ ਤੋਂ ਬਾਅਦ 216 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ ਮੰਗਲਵਾਰ ਨੂੰ ਰਾਜ ਦੇ ਵਿੱਚ ਕਰੋਨਾ ਵਾਇਰਸ ਨਾਲ ਸੰਕਰਮਿਤ 23 ਮਰੀਜ਼ਾਂ ਦੀ ਮੌਤ ਹੋਈ ਉਧਰ ਪੰਜਾਬ ਦੇ ਲੋਕ ਵਿਰਸੇ ਨੂੰ ساری ਉਮਰ ਸੰਭਾਲਣ ਵਾਲੀ ਸੁਰਾਂ ਦੀ ਮਲਿਕਾ ਗੁਰਮੀਤ ਬਾਵਾ ਨੂੰ ਮਰਨ ਤੋਂ ਬਾਅਦ ਪਦਮ ਭੂਸ਼ਣ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅਜੰਤੰਤਰ ਦਿਵਸ ਮੌਕੇ ਉਹਨਾਂ ਦੇ ਪਰਿਵਾਰ ਨੂੰ ਪਦਮ ਪੂਸ਼ਣ ਪੁਰਸਕਾਰ ਉਹਨਾਂ ਨੇ ਪ੍ਰਦਾਨ ਕੀਤਾ ਲੰਮੀ ਹੀਕ ਦੀ ਮਲਿਕਾ ਪੰਜਾਬ ਦੀ ਲੋਕ ਗਾਇਕਾ ਗੁਰਮੀਤ ਬਾਵਾ 21 ਨਵੰਬਰ 2021 ਨੂੰ ਦੁਨੀਆ ਨੂੰ અલਵਿਦਾ ਕਹਿ ਗਏ ਸਨ ਗੁਰਮੀਤ ਬਾਵਾ ਸਾਲ 2019 ਦੇ ਵਿੱਚ ਆਪਣੀ ਧੀ ਲਾਚੀ ਬਾਵਾ ਦੇ ਦੇਹਾਂ ਤੋਂ ਬਾਅਦ ਬਿਮਾਰ ਰਹਿਣ ਲੱਗ ਗਏ ਸਨ ਪਰ ਪੰਜਾਬੀ ਸਭਿਆਤਾ ਅਤੇ ਪੰਜਾਬੀ ਲੋਕ ਗਾਇਕੀ ਨੂੰ ਜਿਉਂਦਾ ਰੱਖਣ ਵਾਲੀ ਗੁਰਮੀਤ ਬਾਵਾ ਨੇ ਕਈ ਪੰਜਾਬੀ ਜੀਤਾ ਦੇ ਵਿੱਚ ਵੀ ਆਪਣੀ ਵਾਸ ਦਿੱਤੀ ਉਹਨਾਂ ਦਾ ਜਨਮ 1944 ਦੇ ਵਿੱਚ ਪਿੰਡ ਕੋਠੇ ਗੁਰਦਾਸਪੁਰ ਦੇ ਵਿੱਚ ਹੋਇਆ ਉਸ ਸਮੇਂ ਪੰਜਾਬ ਦੇ ਵਿੱਚ ਕੁੜੀਆਂ ਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਸੀ ਪਰ ਗੁਰਮੀਤ ਨੇ ਵਿਆਹ ਤੋਂ ਬਾਅਦ ਆਪਣੀ ਪੜ੍ਹਾਈ ਪੂਰੀ ਕੀਤੀ ਗੁਰਮੀਤ ਦਾ ਵਿਆਹ ਕਿਰਪਾਲ ਬਾਵਾ ਦੇ ਨਾਲ ਹੋਇਆ ਸੀ ਇਹ ਕਿਰਪਾਲ ਹੀ ਹਨ ਜਿਨ੍ਹਾਂ ਨੇ ਗੁਰਮੀਤ ਨੂੰ ਜੀ.ਬੀ.ਟੀ ਕਰਵਾਈ ਅਤੇ ਫਿਰ ਉਹ ਅਧਿਆਪਕ ਬਣਨ ਵਾਲੀ ਆਪਣੇ ਇਲਾਕੇ ਦੀ ਪਹਿਲੀ ਔਰਤ ਸੀ ਗੁਰਮੀਤ ਦੀ ਆਵਾਜ਼ ਬਹੁਤ ਸੁਰੇਲੀ ਸੀ ਵਿਆਹ ਤੋਂ ਬਾਅਦ ਉਹਨਾਂ ਦੇ ਪਤੀ ਕਿਰਪਾਲ ਬਾਵਾ ਨੇ ਉਹਨਾਂ ਦੇ ਹੁਨਰ ਨੂੰ ਹੋਰ ਵੀ ਨਿਖਾਰਿਆ ਉਹਨਾਂ ਦਾ ਸਾਥ ਦਿੱਤਾ ਉਹ ਮੁੰਬਈ ਪਹੁੰਚ ਗਏ ਪੁਰਾਣੇ ਸਮਿਆਂ ਦੇ ਵਿੱਚ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੀਆਂ ਫਿਲਮਾਂ ਦੇ ਗੀਤਾਂ ਦੇ ਵਿੱਚ ਜਿੰਨੀਆਂ ਬੋਲੀਆਂ ਪਾਈਆਂ ਜਾਂਦੀਆਂ ਸਨ ਉਹਨਾਂ ਵਿੱਚ ਗੁਰਮੀਤ ਦੀ ਹੀ ਆਵਾਜ਼ ਹੁੰਦੀ ਸੀ ਗੁਰਮੀਤ ਬਾਵਾ ਨੂੰ ਲੰਬੀ ਦੀ ਮਲਿਕਾ ਵਜੋਂ ਜਾਣਿਆ ਜਾਂਦਾ ਹੈ ਅੱਜ ਤੱਕ ਕੋਈ ਵੀ ਉਹਨਾਂ ਦਾ ਰਿਕਾਰ ਉਹ 45 ਸੈਕਿੰਡ ਤੱਕ ਦੀ ਲੰਬੀ ਹੇਕ ਲਗਾ ਲੈਂਦੇ ਸਨ ਇੰਨਾ ਲੰਮਾ ਸਮਾਂ ਰੁਕਣਾ ਅੱਜ ਦੇ ਨੌਜਵਾਨਾਂ ਦੇ ਵਿੱਚ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ ਹੈ ਗੁਰਮੀਤ ਬਾਵਾ ਦੀਆਂ ਤਿੰਤ ਧੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਲਾਚੀ ਬਾਵਾ ਸੀ ਜਿਸ ਦਾ 2019 ਦੇ ਵਿੱਚ ਦਿਹਾਂਤ ਹੋ ਗਿਆ ਸੀ ਇਸ ਤੋਂ ਇਲਾਵਾ ਗਲੋਰੀ ਅਤੇ ਪੋਪੀ ਬਾਵਾ ਦੀਆਂ ਦੋ ਬੇਟੀਆਂ ਵੀ ਨੇ ਇਹਨਾਂ ਤਿੰਨਾਂ ਨਾਵਾਂ ਨੇ ਉਹਨਾਂ ਨੇ ਪੰਜਾਬੀ ਲੋਕ ਸੰਗੀਤ ਨਾਲ ਜੋੜ ਕੇ ਰੱਖਿਆ ਗੁਰਮੀਤ ਬਾਵਾ ਤੇ ਲਾਚੀ ਬਾਵਾ ਦੀ ਮੌਤ ਬਾਅਦ ਗਲੋਰੀ ਬਾਵਾ ਹੁਣ ਪੰਜਾਬੀ ਵਿਰਸੇ ਨੂੰ ਸੰਭਾਲਣ ਦਾ ਕੰਮ ਕਰ ਰਹੀ ਹੈ ਉਧਰਾਮਾਡ ਦੇ ਪਾਰਟੀ ਦੇ ਸੀਐਮ ਚਹਿਰਾ ਅਤੇ ਵਿਧਾਨ ਸਭਾ ਹਲਕਾ ਤੂਰੀ ਤੋਂ ਆਪ ਦੇ ਉਮੀਦਵਾਰ ਭਗਵੰਤ ਮਾਨ ਨੇ ਪਾਰਲੀਮੈਂਟ ਸੰਗਰੂਪ ਦੇ ਪੰਜਾਬ ਪ੍ਰਧਾਨ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਅੰਦਰ ਕੋਆਪਰੇਟਿਵ ਸੁਸਾਇਟੀਆਂ ਨੂੰ ਮੁਰਤੋਜੀ ਹੁੰਦਾ ਕੀਤਾ ਜਾਵੇਗਾ ਤੇ ਖੇਤੀਬਾੜੀ ਦੇ ਤੰਦੇ ਨੂੰ ਲਾਹੇਵੰਦ ਬਣਾਇਆ ਜਾਵੇਗਾ ਮਾਨ ਨੇ ਕਿਹਾ ਕਿ ਕਿਸਾਨ ਨੂੰ ਫਸਲ ਬੀਜਣ ਤੋਂ ਲੈ ਕੇ ਵੰਡਣ ਤੱਕ ਹਰ ਚੀਜ਼ ਮੂਲ ਖਰੀਦਨੀ ਜਾਂ ਫੇਰ ਉਧਾਰ ਵਿਆਜ ਤੇ ਖਰੀਦਨੀ ਪੈਂਦੀ ਹੈ ਪਰ ਕਿਸਾਨ ਨੂੰ ਉਸ ਦੀ ਫਸਲ ਤੇ ਪੈਸੇ ਲੈਣ ਦੇ ਲਈ ਤਾਂ ਨਿਲ ਲਗਾਉਣੇ ਪੈਂਦੇ ਨੇ ਗੰਨੇ ਦੇ ਪੈਸੇ ਲੈਣ ਦੇ ਲਈ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਤੇ ਰਾਤੇ ਚੱਲ ਰਹੇ ਨੇ ਪਰ ਅਜੇ ਤੱਕ ਉਹਨਾਂ ਨੂੰ ਗੰਨੇ ਦੀ ਫਸਲ ਦੇ ਪੈਸੇ ਨਹੀਂ ਮਿਲੇ ਮਾਨ ਨੇ ਕਿਹਾ ਕਿ ਪੰਜਾਬ ਅੰਦਰ ਆਪ ਦੀ ਸਰਕਾਰ ਆਉਣ ਤੇ ਪਿੰਡ ਪੱਦਰ ਤੇ ਐਗਰੀਕਲਚਰ ਦੀ ਪੜਾਈ ਕਰਨ ਵਾਲੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਮਾਸਟਰ ਦੇ ਤੌਰ ਤੇ ਰੱਖਿਆ ਜਾਵੇਗਾ ਕਿਸਾਨਾਂ ਨੂੰ ਫਸਲ ਦੀ ਬਿਜਾਈ ਤੋਂ ਲੈ ਕੇ ਕਟਾਈ ਤੱਕ ਵਿਆਜ ਉਤੇ ਜਾਂ ਫੇਰ ਨਕਦ ਪੈਸੇ ਦੇ ਕੇ ਸਮਾਨ ਖਰੀਦਣ ਦੀ ਜ਼ਰੂਰਤ ਨਹੀਂ ਪਵੇਗੀ ਕਿਸਾਨਾਂ ਨੂੰ ਕੋਆਪਰੇਟਿਵ ਸੁਸਾਇਟੀਆਂ ਦੇ ਰਾਹੀਂ ਸਾਰਾ ਸਮਾਨ ਮਿਲੇਗਾ ਜੇਕਰ ਦੇਸ਼ ਦਾ ਅੰਦਤਾ ਖੁਸ਼ਹਾਲ ਹੋਵੇਗਾ ਤਾਂ ਹੀ ਦੇਸ਼ ਖੁਸ਼ਹਾਲੀ ਤੇ ਤਰੱਕੀ ਵੱਲ ਵਧੇਗਾ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਦੇ ਵਿੱਚ ਜਾ ਰਹੀ ਇੰਡਸਟਰੀ ਨੂੰ ਵਾਪਸ ਪੰਜਾਬ ਲਿਆਂਦਾ ਜਾਵੇਗਾ ਅਤੇ ਪੰਜਾਬ ਅੰਦਰ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣਗੇ ਇਸ ਨਾਲ ਹੀ ਪੰਜਾਬ ਦੇ ਹਰ ਪਿੰਡ ਦੇ ਵਿੱਚ ਚੰਗੀਆਂ ਸਿਹਤ ਸਹੂਲਤਾਂ ਦਾ ਪ੍ਰਬੰਧ ਨੂੰ ਯਕੀਨੀ ਵੀ ਬਣਾਇਆ ਜਾਵੇਗਾ ਉਧਰ ਭਾਰਤ ਦੇ ਵਿੱਚ ਅੱਜ 73ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪੱਤੀ ਤਿਰੰਗਾ ਲਹਿਰਾਇਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪ੍ਰੋਗਰਾਮ ਦੇ ਵਿੱਚ ਮੌਜੂਦ ਹਨ ਤਿਰੰਗਾ ਲਹਿਰਾਉਣ ਤੋਂ ਬਾਅਦ 21 ਤੋਪਾ ਦੀ ਸਲਾਮੀ ਦਿੱਤੀ ਗਈ ਜਿਸ ਤੋਂ ਬਾਅਦ ਗਣਤੰਤਰ ਦਿਵਸ ਪ੍ਰੇਡ ਦੀ ਸ਼ੁਰੂਆਤ ਹੋਈ ਕੋਰੋਨਾ ਦੇ ਕਾਰਨ ਇਸ ਵਾਰ ਪ੍ਰੇਡ ਦਾ ਵਾਕੀ ਨਜ਼ਾਰਾ ਵੇਖਣ ਨੂੰ ਮਿਲਿਆ ਪ੍ਰੋਗਰਾਮ ਦੇ ਵਿੱਚ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸ਼ਾਮਲ ਹੋਣ ਦੀ ਮਨਜ਼ੂਰੀ ਨਹੀਂ ਮਿਲੀ ਔਤੇ ਹੀ ਪ੍ਰੇਡ ਦੇ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੇ ਕੋਲ ਵੀ ਟੀਕੇ ਦਾ ਪ੍ਰਮਾਣ ਪੱਤਰ ਹੋਣਾ ਚਾਹੀ ਪੂਰੀ ਤਰ੍ਹਾਂ ਦੇ ਨਾਲ ਕਰੋਨਾ ਪ੍ਰੋਟੋਕੋਲ ਦੇ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਏ ਆ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਗੰਦਨਦਰ ਦਿਵਸ ਦੀ ਪਰੇਡ ਦੇ ਵਿੱਚ 21 ਝਾਂਕੀਆਂ ਸ਼ਾਮਲ ਹੋਣਗੀਆਂ ਜਿਸ ਦੇ ਵਿੱਚ 12 ਸੂਬੇ ਅਤੇ 9 ਮੰਤਰਾਲਿਆਂ ਦੀਆਂ ਝਾਂਕੀਆਂ ਰਹਿਣਗੀਆਂ ਇਸ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ ਆਪੀ ਦੋਸ਼ੀ ਤੁਹਾਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਕੈਨੇਡੀਅਨ ਸਾਥ ਦੇ ਨਾਲ